ਜੋ ਮੈਨੂੰ ਛੱਡ ਕੇ ਪਰਤੇ ਆਇਓ ਦਿਲ ਪੇ ਕਾਰੇ ਕਿੱਥੇ ਆ ਜਿੱਤ ਜਾ ਕੇ ਤੂੰ ਵਿਕਿਆ ਉਹ ਬਾਜ਼ਾਰ ਕਿੱਥੇ ਮੇਰੇ ਜਜ਼ਬਾ ਤਾਂ ਦਾ ਹੋਇਆ ਦੱਸ ਦੇ ਵਪਾਰ ਕਿੱਥੇ ਜਿੱਤ ਜਾ ਕੇ ਤੂੰ ਵਿਕਿਆ ਉਹ ਬਾਜ਼ਾਰ ਕਿੱਥੇ ਮੇਰੇ ਜਜ਼ਬਾ ਤਾਂ ਦਾ ਹੋਇਆ ਦੱਸ ਦੇ ਵਪਾਰ ਕਿੱਥੇ ਕੋ ਜੀ ਫਰਕ ਤਾਂ ਪੈਂਦਾ ਹੀ ਆ ਕਈ ਕਈ ਚਾਹੁੰਦੇ ਆ ਵੀ ਸੱਗ ਗਏ ਔਰ ਕਈ ਨਹੀਂ ਵੀ ਚਾਹੁੰਦੇ ਦੀ ਔਰ ਅੰਤਿਆ ਵੀ ਗਰੀ ਵਾਂ ਜਾਦਾ ਹੀ ਰਹਿਣੀ ਹਾਂਜੀ ਮੈਂ ਉਹਦੇ ਪਿੱਛੇ ਮਰ ਜਾਗ ਜਾਣਦਾ ਓਨੀ ਪਰ ਮੇਰੇ ਲਈ ਮਰਦਾ ਓਨੀ ਪਰ ਮੇਰੇ ਲਈ ਮਰਦਾ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀ ਆਵਰਗਾ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀ ਆਵਰਗਾ ਅਸੀਂ ਉਹਨ ਸਿੱਖਾਂ ਨੂੰ ਵੀ ਕਹਿੰਨੇ ਆ ਹੋਰ ਦਰਸ਼ਕਾਂ ਦਰਸ਼ਕਾਂ ਨੂੰ ਵੀ ਕਹਿੰਨੇ ਆ ਕਿ ਅਸੀਂ ਵੀ ਸਿੱਖੀ ਗਾਉਣ ਦਾ ਵੀ ਮੋਕਲ ਦਾ ਨੀਜ ਨੀਜ ਮਨ ਦੇ ਵਿੱਚ ਨੀਜ ਹੈਗੀ ਆ ਤੇ ਜੋ ਕੀ ਸਾਨੂੰ ਸਪੋਰਟ ਕਰਨਾ ਚਾਹੁੰਦਾ ਹੈ ਸਿੱਖੀ ਦੇ ਵਿੱਚ ਵੀ ਤੇ ਉਹ ਸਾਨੂੰ ਕਰ ਸਕਦਾ ਹੈ ਗੱਦੀ ਆਪ ਸੰਭਾਲੂ ਘੋਮੈ ਤੁਸੀਂ ਦਿੱਲੀ ਨੂੰ ਜਾਵੋ ਸਿਰ ਜਾਵੇ ਪਰ ਸਿੱਧ ਖਣਾ ਜਾਵੇ ਡੁੱਬਦਾ ਧਰਮ ਬਚਾਓ ਓ ਸਿਰ ਜਾਵੇ ਪਰ ਸਿੱਧ ਖਣਾ ਜਾਵੇ ਡੁੱਬਦਾ ਧਰਮ ਬਚਾਓ ਹੱਥ ਜੋੜ ਕੇ ਮਿੰਦਾਂ ਕਰਦੇ ਹੱਥ ਜੋੜ ਕੇ ਮਿੰਦਾਂ ਕਰਦੇ ਐ ਡਾਡੇ ਕਬਰ ਰੋਏ ਨੇ ਮੈਨੂੰ ਦੱਸੋ ਖਾ ਪਿਤਾ ਜੀ ਪੈਗਾਮ ਲੈ ਹੋਏ ਨੇ ਮੈਨੂੰ ਦੱਸੋ ਖਾ ਪਿਤਾ ਜੀ ਨਿਤ ਵੰਡਾ ਮੈਨਿਆ ਜਾ ਨਾਲੇ ਕਰਾ ਫਰਿਆਦਾਂ ਨਿਤ ਵੰਡਾ ਮੈਨਿਆ ਜਾ ਨਾਲੇ ਕਰਾ ਫਰਿਆਦਾਂ ਪਲਟ ਕੇ ਖੁਦਾ ਤੋਂ ਮੰਗਾ ਖਿਆਰ ਤੇਰੇ ਦਮ ਦੀ ਤੇਰੇ ਬਿਨਾ ਰੰਝੇ ਹੋਵੇ ਇਹ ਕਿਹੜੇ ਕੰਦਿਲ ਜਿਹੜੇ ਪਹਿਲਾਂ ਪੰਟਰੀਵ ਕੀਤਾ ਸੀ ਤੁਸੀਂ ਔਰ ਉਹਨ ਦੇ ਕਾਰਨ ਅਸੀਂ ਸਕਾਈ ਮਾਲ ਵਿੱਚ ਬਲੋਟ ਵਿੱਚ ਪ੍ਰੋਗਰਾਮ ਵੀ ਕਰਕੇ ਆਏ ਆ ਉਹਨਾਂ ਨੇ ਸਾਡਾ ਬਹੁਤ ਵਧੀਆ ਸਨਮਾਨ ਕੀਤਾ ਮਤਲਬ ਪ੍ਰੋਗਰਾਮ ਮਲੇ ਲੱਗ ਪਿਆ ਹਾਂਜੀ ਹਾਂਜੀ ਸਾਚੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਮ ਜੀ ਟੈਲੀਕਾਸਟ ਐਮ ਜੀ ਟੈਲੀਕਾਸਟ ਦੇਖ ਰਹੇ ਹੋ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨਕੀ ਮਨਜਿੰਦਰ ਕਮਾਨ ਦੇ ਵੱਲੋਂ ਪਿਆਰ ਭਰੀ ਸਾਚੀ ਕਾਲ ਸੋ ਦੋਸਤੋ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੁਪਨਿਆਂ ਦੀ ਪ੍ਰਵਾਸ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ذریعے ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਸ਼ਖਸੀਅਤਾਂ ਦੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਹੁੰਦੀ ਹੈ ਤੇ ਉੱਚੀਆਂ ਪ੍ਰਵਾਜ਼ਾਂ ਭਰਿਆ ਕਰਦੇ ਨੇ ਦੋਸਤੋ ਪਿਛਲੀ ਵਾਰ ਅਸੀਂ ਇੱਕ ਇੰਟਰਵਿਊ ਕੀਤੀ ਸੀ ਛੋਟੀਆਂ ਬੱਚੀਆਂ ਦੇ ਨਾਲ ਜਿਨ੍ਹਾਂ ਦੀ ਇੰਟਰਵਿਊ ਨੇ ਸੰਗੀਤ ਜਗਤ ਦੇ ਵਿੱਚ ਜੇ ਕਿਆ ਜਾਵੇ ਤਾਂ ਇੱਕ ਤਹਿਲਕਾ ਮਜਾਤਾ ਸੀ ਬਹੁਤ ਦੂਰੋਂ ਦੂਰੋਂ ਦੂਰ ਦਰੇਡੇ ਤੋਂ ਫੋਨ ਆਏ ਇਹਨਾਂ ਦੀ ਆਵਾਜ਼ ਨੂੰ ਦੁਬਾਰਾ ਸੁਣਨ ਦੇ ਲਈ ਜੇ ਇਹਨਾਂ ਬੱਚੀਆਂ ਦੀ ਆਵਾਜ਼ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਨਾਮਵਰ ਸਿੰਗਰਾਂ ਨੂੰ ਵੀ ਆਪਣੇ ਅੱਗੇ ਫਿੱਕੇ ਪਾਉਂਦੀਆਂ ਨੇ ਅੱਜ ਦੀ ਜਿਹੜੀ ਮਸ਼ੀਨੀ ਗਾਇਕੀ ਦੇ ਵਿੱਚ ਆਡੀਓ ਟਿਊਨਰ ਵਾਲੀ ਗਾਇਕੀ ਦੇ ਵਿੱਚ ਐਸਾ ਲਾਈਵ ਗਾਉਂਦੀਆਂ ਨੇ ਕਿ ਰੌਂਗ ਟੇ ਖੜੇ ਕਰ ਦਿੰਦੀਆਂ ਨੇ ਸੋ ਮੈਂ ਹਾਂਜੀ ਦੋਸਤੋ ਗੱਲ ਕਰ ਰਿਹਾ ਤੁਹਾਨੂੰ ਪਲੀ ਪਾਂਤ ਪਤਾ ਚੱਲ ਗਿਆ ਹੋਣਾ ਅਟਵਾਲ ਸਿਸਰਦੀ ਪ੍ਰਿੰਕਾ ਅਟਵਾਲ ਤੇ ਸਿਮਰਨ ਅਟਵਾਲ ਸਾਡੇ ਨਾਲ ਮੌਜੂਦ ਨੇ ਪਿਛਲੀ ਇੰਟਰਵਿਊ ਤੋਂ ਬਾਅਦ ਚੋਂ ਅੱਜ ਦੁਬਾਰਾ ਇੰਟਰਵਿਊ ਦਰਸ਼ਕਾਂ ਦੇ ਭਾਰੀ ਮੰਗ ਤੋਂ ਬਾਅਦ ਚ ਦੁਬਾਰਾ ਇੰਟਰਵਿਊ ਕਰ ਰਹੇ ਆ ਆਸ ਕਰਦੇ ਆ ਕਿ ਤੁਹਾਨੂੰ ਇਹ ਸਾਡੀ ਇੰਟਰਵਿਊ ਪਸੰਦ ਆਏਗੀ ਆਓ ਆਪਾਂ ਗੱਲਬਾਤ ਕਰਦੇ ਆ ਸਵਾਗਤ ਹੈ ਪ੍ਰਿੰਕਾ ਤੇ ਸਿਮਰਨ ਤੁਹਾਡਾ ਐਮਟੀ ਟੈਲੀਕਾਸਟ ਚੈਨਲ ਦੇ ਵਿੱਚ ਥੈਂਕਸ ਔਰ ਅਸੀਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਮਟੀ ਟੈਲੀਕਾਸਟ ਆ ਜੀ ਜਿਨ੍ਹਾਂ ਨੇ ਸਾਨੂੰ ਦਰਸ਼ਕ ਦਰਸ਼ਕਾਂ ਦੇ ਰੂਬਰੂ ਕੀਤਾ ਜੀ ਹਾਂਜੀ ਪ੍ਰਿੰਕਾ ਪਿਛਲੀ ਵਾਰ ਵੀ ਤੁਸੀਂ ਇੰਟਰਵਿਊ ਕੀਤੀ ਸੀ ਇੱਥੇ ਨਾ ਤਕਰੀਬਨ ਆਪਾਂ ਨੂੰ 3 ਮਹੀਨੇ ਹੋ ਗਏ ਹੋਣੇ ਇੰਟਰਵਿਊ ਕੀਤੀ ਨੂੰ ਆ ਉਸ ਤੋਂ ਬਾਅਦ ਵਿੱਚ ਤੇ ਇੰਟਰਵਿਊ ਤੋਂ ਪਹਿਲਾਂ ਵਾਲੀ ਸਥਿਤੀ ਤੇ ਅੱਜ ਵਾਲੀ ਸਥਿਤੀ ਕੁਝ ਕੋਈ 2-4 ਲੋਕ ਜਾਣਨ ਲੱਗੇ ਜਾਂ ਨਹੀਂ ਪਿਛਲੀ ਇੰਟਰਵਿਊ ਚ ਦਰਸ਼ਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਜੀ ਔਰ ਉਸ ਇੰਟਰਵਿਊ ਨੂੰ ਪਿਆਰ ਵੀ ਬਹੁਤ ਸਾਰਾ ਮਿਲੇ ਆ ਇਸੇ ਉਹਨਾਂ ਦਾ ਧੰਨਵਾਦ ਕਰਦੇ ਆ ਐਮੀ ਐਮਜੀ ਟੈਲੀਕਾਸਟ ਦਾ ਜਿਨ੍ਹਾਂ ਨੇ ਸਾਡੀ ਇੰਟਰਵਿਊ ਕੀਤੀ ਸਾਨੂੰ ਅੱਗੇ ਤੱਕ ਪਹੁੰਚਾਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਵਰਗੀਆਂ ਖੂਬਸੂਰਤ ਬੁਲੰਦ ਆਵਾਜ਼ ਵਰਗੀਆਂ ਵਾਲੀਆਂ ਬੱਚੀਆਂ ਛੇਤੀ ਕਿਤੇ ਕਿਸੇ ਦੇ ਹਿੱਸੇ ਨਹੀਂ ਆਉਂਦੀਆਂ ਹਨਾ ਤੁਹਾਡੇ ਜਿਹੜੇ ਮਾਪਿਓ ਸੁਭਾਗਾਂ ਦੇ ਵਾਲੇ ਨੇ ਸੋ ਸਿਮਰਨ ਤੇ ਪ੍ਰਿੰਕਾ ਮੈਂ ਚਾਹਣਾ ਕਿ ਜਿਹੜੀ ਆਪਾਂ ਇਸ ਇੰਟਰਵਿਊ ਦੀ ਵੀ ਸ਼ੁਰੂਆਤ ਇੱਕ ਗੀਤ ਤੋਂ ਹੀ ਕਰੀਏ ਹਨਾ ਤੁਹਾਡੀ ਗੀਤ ਤੋਂ ਸ਼ੁਰੂਆਤ ਕੀਤੀ ਜਾਵੇ ਤਾਂ ਕਿ ਜਿਹੜੇ ਆਪਣੇ ਮਾਧਿਅਮ ਰਾਹੀਂ ਦਰਸ਼ਕ ਦੇਖ ਰਹੇ ਆ ਉਹ ਤੁਹਾਡੀ ਆਵਾਜ਼ ਦਾ ਲਤਫ ਇੱਕ ਵਾਰੀ ਦੁਬਾਰਾ ਲੈ ਸਕਣ ਹਾਂਜੀ ਮੈਂ ਸੁਣ ਸੋਨੇ ਦੇ ਕੰਗਣਾ Song ਸੁਣਾਉਣੀ ਆ ਜੀ ਸੁਣ ਸੋਨੇ ਦੇ ਆ ਕੰਗਣਾ ਵੇ ਕੰਗਣਾ ਸੁਣ ਸੋਨੇ ਦੇ ਆ ਕੰਗਣਾ ਵੇ ਸਦਾ ਇਕੋ ਜਿਆ ਦਿਲ ਦੇਣਾ ਤੇ ਦਿਲ ਮੰਗਣਾ ਵੇ ਸਦਾ ਇਕੋ ਜਿਆ ਸੁਣ ਸੋਨੇ ਦੇ ਆ ਕੰਗਣਾ ਵੇ ਸਦਾ ਇਕੋ ਜਿਆ ਦਿਲ ਦੇਣਾ ਤੇ ਦਿਲ ਮੰਗਣਾ ਵੇ ਸਦਾ ਇਕੋ ਜਿਆ ਹਾ ਸੁਣ ਸੋਨੇ ਦੇ ਆ ਕੰਗਣਾ Oh yeah. ਅਸਨਿਓ ਤਕਣਾਵੇ ਹੈ ਤੈਨੂੰ ਅਦਾ ਬੁਆਟੋ ਕੇ ਅਸਨਿਓ ਤਕਣਾਵੇ ਤੈਨੂੰ ਅਦਾ ਬੁਆਟੋ ਕੇ ਤੱਕਦੇ ਰਹਿਣਾ ਤੈਨੂੰ ਸਾਹਮਣੇ ਖਲੋ ਕੇ ਤੱਕਦੇ ਰਹਿਣਾ ਤੈਨੂੰ ਸਾਹਮਣੇ ਖਲੋ ਕੇ ਅਸਵਿਨੀ ਤਕਣਾਵੇ ਹੈ ਤੈਨੂੰ ਅਦਾ ਬੁਆਟੋ ਕੇ ਤੱਕ ਦੇ ਰਣਾ ਤੈਨੂੰ ਜਮਨੇ ਖਲੋ ਕੇ ਅਸਰਤਨੀਓ ਸੰਗਣਾ ਵੇ ਸੰਗਣਾ ਅਸਰਤਨੀਓ ਸੰਗਣਾ ਵੇ ਸੌਦਾ ਇਕੋ ਜਿਆ ਦਿਲ ਦੇਣਾ ਤੇ ਦਿਲ ਮੰਗਣਾ ਵੇ ਸੌਦਾ ਇਕੋ ਜਿਆ ਹੋ ਸੁਣ ਸੋਨੇ ਦੇ ਕੰਗਣਾ ਹੈ ਹੈ ਸਿਮਰਨ ਜਿੱਦਾਂ ਆਪਾਂ ਪਹਿਲਾਂ ਇੰਟਰਵਿਊ ਕੀਤੀ ਸੀ ਹਨਾ ਤਾਂ ਵਾਕਈ ਉਦੋਂ ਵੀ ਤੁਹਾਡੇ ਜਿਹੜੇ ਗੀਤ ਸੀ ਉਹ ਬਹੁਤ ਖੂਬਸੂਰਤ ਸੀ ਤੇ ਹੁਣ ਵੀ ਜਿਹੜਾ ਤੁਸੀਂ ਗੀਤ ਸੁਣਾਇਆ ਉਹ ਵਾਕਈ ਬਾ ਕਮਾਲ ਹੈ ਤੁਹਾਡੀ ਆਵਾਜ਼ ਬਹੁਤ ਬੁਲੰਦ ਆਵਾਜ਼ ਬਖਸ਼ਿਆ ਪਰਮਾਤਮਾ ਨੇ ਜਿਹੜੀ ਤੁਸੀਂ ਪਹਿਲਾਂ ਇੰਟਰਵਿਊ ਕੀਤੀ ਸੀ ਉਸ ਤੋਂ ਬਾਅਦ ਚ ਹੋਂ ਵਾਲੀ ਇੰਟਰਵਿਊ ਦੇ ਵਿੱਚ ਤੁਹਾਨੂੰ ਸਹੀ ਮਾਣੇ ਮੈਂ ਦੁਬਾਰਾ ਇੱਕ ਵਾਰੀ ਪੁੱਛਣਾ ਚਾਹਣਾ ਕਿ ਕੀ ਡਿਫਰੈਂਸ ਕੀ ਲੱਗਿਆ ਮਤਲਬ ਕਿ ਕੁਝ ਕੋਈ ਚਾਰ ਲੋਕ ਜਾਣਨ ਲੱਗੇ ਤੁਹਾਡਾ ਬੈਨੀਫਿਟ ਹੋਇਆ ਜਾਂ ਨਹੀਂ ਕਿਉਂਕਿ ਤੁਹਾਡੇ ਵਰਗੀਆਂ ਆਵਾਜ਼ਾਂ ਪਿੱਛੇ ਨਹੀਂ ਰਹਿਣੀਆਂ ਚਾਹੀਦੀਆਂ ਹਾਂਜੀ ਹਾਂਜੀ ਜਿਹੜੇ ਪਹਿਲਾਂ ਆਪਾਂ ਇੰਟਰਵਿਊ ਕੀਤਾ ਸੀ ਤੁਸੀਂ ਔਰ ਉਹਨ ਦੇ ਕਾਰਨ ਅਸੀਂ ਸਕਾਇਮਾਲ ਵਿੱਚ ਲੋਟ ਵਿੱਚ ਪ੍ਰੋਗਰਾਮ ਵੀ ਕਰਕੇ ਆਏ ਆ ਉਹਨਾਂ ਨੇ ਸਾਡਾ ਬਹੁਤ ਵਧੀਆ ਸਨਮਾਨ ਕੀਤਾ ਜੀ ਮਤਲਬ ਪ੍ਰੋਗਰਾਮ ਮਲੇ ਲੱਗ ਪਿਆ ਹਾਂਜੀ ਹਾਂਜੀ ਓਕੇ ਬਹੁਤ ਅੱਛੇ ਤਾਂ ਉਹ ਪ੍ਰੋਗਰਾਮ ਲਾ ਕੇ ਤੇ ਫਿਰ ਕੀ ਦਿਲ ਦੇ ਵਿੱਚ ਫੀਲ ਹੁੰਦਾ ਮਤਲਬ ਮਹਿਸੂਸ ਵਧੀਆ ਹੋਇਆ ਕਿ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਫੀਲ ਹੋਇਆ ਜੀ ਅ ਵੀ ਇੱਕ ਆਪਾਂ ਇੰਟਰਵਿਊ ਕੀਤਾ ਸੀ ਉਹਦੇ ਕਾਰਨ ਅਸੀਂ ਸੋਚਿਆ ਵੀ ਉਹਨਾਂ ਨੇ ਇੰਟਰਵਿਊ ਕੀਤਾ ਸੀ ਐਮਜੀ ਟੈਲੀਕਾਸਟ ਚੈਨਲ ਵਾਲਿਆਂ ਨੇ ਅ ਜੋਨਾ ਕਰਕੇ ਅਸੀਂ ਇਸ ਮਕਾਮ ਤੇ ਪਹੁੰਚੇ ਹਾਂ ਹਾਂਜੀ ਅ ਪ੍ਰਿੰਕ ਪ੍ਰਿੰਕਾ ਤੇ ਸਿਮਰਨ ਨੂੰ ਮੈਂ ਮੈਂ ਚਾਹਣਾ ਕਿ ਆਪਾਂ ਇਹਨਾਂ ਦਾ ਇੱਕ ਇੱਕ ਜੋਗਲਬੰਦੀ ਤੋਂ ਬਿਨਾ ਇਕੱਲਿਆਂ ਦਾ ਗੀਤ ਵੀ ਸੁਣੀਏ ਹਨਾ ਤਾਂ ਸਿਮਰਨ ਪਹਿਲਾ ਮੈਚ ਆਉਣਾ ਕਿ ਤੁਸੀਂ ਕੋਈ ਇੱਕ ਇਕੱਲੇ ਤੁਸੀਂ ਜਰੂਰ ਸੋਲੋ ਗੀਤ ਸੁਣਾਓ ਮੈਂ ਉਹਦੇ ਪਿੱਛੇ ਮਰਾ ਜਗ ਜਾਣਦਾ ਓਨੇ ਪਰ ਮੇਰੇ ਲਈ ਮਰਦਾ ਮੈਂ ਉਹਦੇ ਪਿੱਛੇ ਮਰਾ ਜਗ ਜਾਣਦਾ ਓਨੇ ਪਰ ਮੇਰੇ ਲਈ ਮਰਦਾ ਓਨੇ ਪਰ ਮੇਰੇ ਲਈ ਮਰਦਾ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀ ਆਵਰਗਾ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿਤਲੀ ਆਵਰਗਾ ਹਯਾਰ ਮੇਰਾ ਤਿਤਲੀ ਆਵਰਗਾ ਬਹੁਤ ਅੱਛੇ ਹੁਣ ਪ੍ਰਿੰਕਾ ਨੂੰ ਆਪਾਂ ਗੀਤ ਸੌਂਦੇ ਹਾਂਜੀ ਪ੍ਰਿੰਕਾ ਤੁਸੀਂ ਸੁਣਾਓ ਕੀ ਮਿਲਿਆ ਮੈਨੂੰ ਗਵਾਕੇ ਕੀ ਮਿਲੇਆ ਮੈਨੂੰ ਰਵਾ ਕੇ ਪਛਤੋਨੀਆਂ ਤੈਨੂੰ ਚਾ ਕੇ ਤੇਰੇ ਨਾਲ ਮੁਹੱਬਤਾਂ ਲਾ ਕੇ ਕੀ ਮਿਲੇਆ ਮੈਨੂੰ ਕਵਾ ਕੇ ਕੀ ਮਿਲੇਆ ਮੈਨੂੰ ਰਵਾ ਕੇ ਪਛਤੋਨੀਆਂ ਤੈਨੂੰ ਚਾ ਕੇ ਤੇਰੇ ਨਾਲ ਮੁਹੱਬਤਾਂ ਲਾ ਕੇ ਜੋ ਮੈਨੂੰ ਛੱਡ ਕੇ ਪਰਤੇ ਆਇਆ ਦਿਲ ਬੇਕਾਰ ਕਿੱਥੇ ਆ ਜਿੱਤ ਜਾ ਕੇ ਤੂੰ ਵਿਕਿਆ ਉਹ ਬਾਜ਼ਾਰ ਕਿੱਥੇ ਮੇਰੇ ਜਜ਼ਬਾ ਤਦਾ ਹੋਇਆ ਦੱਸ ਦੇ ਵਪਾਰ ਕਿੱਥੇ ਜਿੱਤ ਜਾ ਕੇ ਤੂੰ ਵਿਕਿਆ ਉਹ ਬਾਜ਼ਾਰ ਕਿੱਥੇ ਮੇਰੇ ਜਜ਼ਬਾ ਤਦਾ ਹੋਇਆ ਦੱਸ ਦੇ ਵਪਾਰ ਕਿੱਥੇ ਬਹੁਤ ਅੱਛੇ ਬਹੁਤ ਖੂਬਸੂਰਤ ਬਲੰਦ ਆਵਾਜ਼ ਹੈ ਮਤਲਬ ਮੇਰਾ ਵਾਰ-ਵਾਰ ਮਤਲਬ ਮੇਰੇ ਦਿਲ ਚ ਕੋਈ ਲਫਜ਼ ਨਹੀਂ ਰਹਿ ਗਿਆ ਕਿ ਮੈਂ ਤੁਹਾਡਾ ਕਿਸੇ ਤਰੀਕੇ ਨਾਲ ਸ਼ੁਕਰਾਨਾ ਕਰ ਸਕਾਂ ਪ੍ਰਮਾਤਮਾ ਨੇ ਬਹੁਤ ਅਨਮੁੱਲੀ ਦਾਤ ਬਖਸ਼ੀ ਹੈ ਤੁਹਾਨੂੰ ਸਿਮਰਨ ਜਿੱਦਾਂ ਆਪਾਂ ਪਹਿਲਾਂ ਇੰਟਰਵਿਊ ਕੀਤੀ ਸੀ ਹੈ ਨਾ ਤਾਂ ਉਸ ਤੋਂ ਪਹਿਲਾਂ ਵੀ ਤੁਹਾਨੂੰ ਕੁਝ ਲੋਕ ਮਿਲੇ ਹੋਣਗੇ ਹੈ ਨਾ ਜਿਨ੍ਹਾਂ ਨੇ ਤੁਸੀਂ ਕਿਹਾ ਹੋਣਾ ਵੀ ਸਾਡੀ ਹੈਲਪ ਲੀ ਜਾਂ ਸਾਨੂੰ ਅੱਗੇ ਲੈ ਕੇ ਆਓ ਹੈ ਨਾ ਤਾਂ ਜਦੋਂ ਤੁਹਾਡੀ ਇੰਟਰਵਿਊ ਚੱਲ ਗਈ ਵਾਇਰਲ ਹੋ ਗਈ ਹੈ ਨਾ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਲੋਕਾਂ ਦੇ ਫੋਨ ਆਏ ਇਹ ਨਹੀਂ ਆਏ ਉਹਨਾਂ ਨੇ ਚੰਗਾ ਕਿਹਾ ਜਾਂ ਮਾੜਾ ਹੀ ਕਿਹਾ ਦੇਖੋ ਜੀ ਫਰਕ ਤਾਂ ਪੈਂਦਾ ਹੀ ਆ ਕਈ ਕਈ ਚਾਹੁੰਦੇ ਆ ਵੀ ਅਸੀਂ ਅੱਗੇ ਜਾਏ ਔਰ ਕਈ ਨਹੀਂ ਵੀ ਚਾਹੁੰਦੇ ਵੀ ਉਹ ਆਖਦੇ ਆ ਵੀ ਇਹ ਗਰੀਬ ਆ ਜਾਂ ਇਦਾਂ ਹੀ ਰਹਿਣ ਇਹ ਹਾਂਜੀ ਜੀ ਅੱਛਾ ਕੋਈ ਆਪਣੀ ਇੰਟਰਵਿਊ ਤੋਂ ਬਾਅਦ ਚ ਤੁਹਾਨੂੰ ਕੋਈ ਸਪੋਰਟਰ ਮਿਲਿਆ ਕੋਈ ਤੁਹਾਡੀ ਸਪੋਰਟ ਕਰਨ ਵਾਲਾ ਬੰਦਾ ਮਿਲਿਆ ਤੁਹਾਨੂੰ ਕੋਈ ਹਾਂਜੀ ਸਪੋਰਟ ਤਾਂ ਵੀ ਕਈ ਕਰਦੇ ਨੇ ਸਪੋਰਟ ਬਟ ਐਨੇ ਨਹੀਂ ਜਿੰਨੀ ਸਾਡੀ ਗਾਇਕੀ ਆ ਜੀ ਜਿੰਨੀ ਸਾਡੀ ਗਾਇਕੀ ਵਧੀਆ ਉਹ ਨਹੀਂ ਸਪੋਰਟ ਨਹੀਂ ਕਰਦੇ ਜੀ ਥੋੜੀ ਬਹੁਤ ਸਪੋਰਟ ਕਰਦੇ ਆ। ਰਿੰਕਾ ਜਿੱਦਾਂ ਇੰਟਰਵਿਊ ਤੋਂ ਪਹਿਲਾਂ ਤੁਹਾਡੇ ਦਿਲ 'ਚ ਇੱਕ ਸੁਪਨੇ ਸੀ ਹਨਾ ਗਾਇਕੀ ਦੇ ਮਤਲਕ ਹਨ ਤਾਂ ਉਹ ਤੁਹਾਡੇ ਮੈਂ ਸੋਚਦਾ ਕਿ ਥੋੜੇ ਬਹੁਤ ਪੂਰੇ ਕਰਨ ਦੇ ਲਈ ਥੋੜੇ ਬਹੁਤ ਤੁਹਾਡੇ ਜਿਹੜੇ ਸੁਪਨੇ ਪੂਰੇ ਕਰਨ ਦੇ ਵਿੱਚ ਐਮਜੀ ਟੈਲੀਕਾਸਟ ਜ਼ਰੂਰ ਸਹਾਇਕ ਹੋਇਆ ਹੋਊਗਾ ਹਨਾ ਤਾਂ ਤੁਹਾਡੇ ਵਾਂਗੂ ਹੋਰ ਵੀ ਬੱਚੀਆਂ ਨੇ ਜਿਹੜੀਆਂ ਘਰੇ ਬੈਠੀਆਂ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਅੱਗੇ ਆ ਕੇ ਆਪਣਾ ਹੁਨਰ ਦਿਖਾਉਣਾ ਚਾਹੀਦਾ ਜਾਂ ਨਹੀਂ ਦਿਖਾਉਣਾ ਚਾਹੀਦਾ? ਹਾਂਜੀ ਉਹਨਾਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਉਹਨਾਂ ਨੂੰ ਵੀ ਸਾਡੇ ਵਾਂਗੂ ਐਦਾਂ ਇੰਟਰਵਿਊ ਦੇਣੀ ਚਾਹੀਦੀ ਆ ਜੇ ਉਹ ਗਾਹ ਵਧਣਾ ਚਾਹੁੰਦੇ ਆ। ਜੇ ਉਹ ਗਾ ਹੀ ਨਹੀਂ ਵਧਣਾ ਚਾਹੁੰਦੇ ਤਾਂ ਫਿਰ ਆਪਾਂ ਉਹਨਾਂ ਵਾਸਤੇ ਕੀ ਕਹਿ ਸਕਦੇ ਆ? ਆਚਾਰਨੀ ਤੁਹਾਡੇ ਤਾਂ ਸਿਮਰਨ ਤੇ ਪ੍ਰਿੰਕਾ ਮੇਰੀ ਗੁਜਾਰਿਸ਼ ਆ ਕਿ ਹੁਣ ਆਪਾਂ ਤੁਹਾਡੇ ਕਿਸੇ ਹੋਰ ਗੀਤ ਦਾ ਲਤਫ ਜ਼ਰੂਰ ਲਈਏ। ਤੁਸੀਂ ਕੋਈ ਆਪ ਕੋਈ ਸੇ ਜੋਗਲਬੰਦੀ ਦੇ ਵਿੱਚ ਆਪਣਾ ਜ਼ਰੂਰ ਗੀਤ ਸੁਣਾਓ। ਜੀ। ਨਿਤ ਵੰਡਾ ਮੈਂ ਨੇ ਅੱਜਾ ਨੌਲੇ ਕਰਾਂ ਫਰਿਆਦਾਂ ਨਿਤ ਵੰਡਾ ਮੈਂ ਆ ਜਾ ਨੌਲੇ ਕਰਾਂ ਫਰਿਆਦਾਂ ਪੱਲਾ ਅੜ ਕੇ ਖੁਦਾ ਤੋਂ ਮੰਗਾਂ ਖਰ ਤੇਰੇ ਦਮ ਦੀ ਤੇਰੇ ਬਿਨਾ ਰਾਂਝਾ ਆਵੇ ਹੀਰ ਕਿਹੜੇ ਕੰਮ ਤੇਰਾ ਬਿਨਾ ਰਾਂਝਾ ਆਵੇ ਹੀਰ ਕਿਹੜੇ ਕੰਮ ਦੀ ਓ ਮੇਰੇ ਪਿੱਛੇ ਪਈਆਂ ਤੈਨੂੰ ਮੱਝ ਹਾਚ ਰੋਹਣੀਆਂ ਓ ਮੇਰੇ ਪਿਛੇ ਪਿਆੰਗ ਤੇ ਨੂੰ ਮੱਝਿਆ ਚਰਾਣੀਆਂ ਵੰਜਲੀ ਤੇ ਚੂਰੀ ਦੀਆਂ ਬਣੀਆਂ ਹਕ ਹੋ ਵੰਜਲੀ ਤੇ ਚੂਰੀ ਦੀਆਂ ਬਣੀਆਂ ਕਹਾਣੀਆਂ ਤੇਰੇ ਮੁਖ ਤੋਂ ਬਗੈਰ ਹੋਏ ਮੁਖ ਤੋਂ ਬਗੈਰ ਤੇਰੇ ਮੁਖ ਤੋਂ ਬਗੈਰ ਕਿਤੇ ਨਜ਼ਰ ਨਾ ਜਾਂਦੀ ਤੇਰੇ ਬਿਨਾ ਰਾਂਝੇ ਆਵੇ ਵੀਰ ਕਿਹੜ ਕੰਮ ਦੀ ਤੇਰੇ ਬਿਨਾ ਰਾਂਝੇ ਆਵੇ ਵੀਰ ਕੰਡੇ ਕੰਦੀ अच्छा सिमरन जबो ਤੁਹਾਡੀ ਪਹਿਲਾ ਇੰਟਰਵਿਊ ਕੀਤੀ ਸੀ ਤੁਸੀਂ ਬਹੁਤ ਖੂਬਸੂਰਤ ਗੀਤ ਸੁناਈ ਸੀ ਤੇ ਤੁਸੀਂ ਦੱਸਿਆ ਸੀ ਕਿ ਮੈਂ ਸ਼ੌਂਕੀਆ ਦੌਰ ਤੇ ਸ਼ੁਰੂਆਤੀ ਸ਼ੁਰੂਆਤ ਤੋਂ ਹੀ ਗਾਉਣੀ ਹੈ ਨਾ ਹੁਣ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਇਹਨੂੰ ਅਜੇ ਤੱਕ ਵੀ ਸ਼ੌਂਕ ਤੱਕ ਹੀ ਸੀਮਤ ਰੱਖਿਆ ਹੋਇਆ ਜਾਂ ਇਹਨੂੰ ਕਿਤੇ ਵਜੋਂ ਅਪਣਾ ਚੁੱਕੇ ਹੋ ਹਾਂਜੀ ਪਹਿਲਾਂ ਤਾਂ ਸ਼ੌਂਕ ਵਜਿ ਸੀ ਸੀਮਤ ਰੱਖਿਆ ਸੀਗਾ ਹੁਣ ਅਸੀਂ ਨਾਲ ਗਾਇਕੀ ਦਾ ਅਦਾ ਕੀਤਾ ਅਪਣਾ ਲਿਆ ਜੀ ਜੀ ਕਿਤੇ ਵਜੋਂ ਅਪਣਾ ਲਿਆ ਗਾਇਕੀ ਨੂੰ ਹਾਂ ਕਿਸ ਤਰ੍ਹਾਂ ਕਿਤੇ ਵਜੋਂ ਅਪਣਾ ਲਿਆ ਜਿੱਦਾਂ ਕਿਤੇ ਕੋਈ ਪ੍ਰੋਫੈਸ਼ਨਲੀ ਕੋਈ ਪ੍ਰੋਗਰਾਮ ਲਾਉਣ ਲੱਗ ਪਏ ਹੋ ਜਾਂ ਨਹੀਂ ਜੀ ਐਂਜੀ ਟੈਲੀਕਾਸਟ ਰਾਹੀਂ ਅਸੀਂ ਜਦੋਂ ਇੰਟਰਵਿਊ ਦਿੱਤੀ ਸੀਗੀ ਉਸ ਤੋਂ ਬਾਅਦ ਅਸੀਂ ਆਪਣਾ ਪ੍ਰੋਗਰਾਮ ਬੁਕਿੰਗ ਕਰਨ ਲੱਗੇ ਵੀ ਕਿਤੇ ਫ੍ਰੀ ਪ੍ਰੋਗਰਾਮ ਨਹੀਂ ਲਾਇਆ ਜੀ ਹਾਂਜੀ ਬਹੁਤ ਅੱਛੇ ਵਧਾਈ ਦੇ ਪਾਤਰੋਂ ਤੇ ਕੀ ਤੁਸੀਂ ਬੁਕਿੰਗ ਦੇ ਚਾਰਜੀਜ਼ ਰੱਖੇ ਹਨ ਹਾਂਜੀ ਸਾਡੀ ਪੇਮੈਂਟ ਹੈ ਜੀ 40000 ਰੁਪਏ ਜੀ ਹਾਂਜੀ 40000 ਰੁਪਏ ਪੇਮੈਂਟ ਦੇ ਅਸੀਂ ਬੁਕਿੰਗ ਕਰਦੇ ਹਾਂ ਪ੍ਰੋਗਰਾਮ ਦੀ ਠੀਕ ਹੈ ਹਾਂਜੀ ਪ੍ਰਿੰਕਾ ਤੁਸੀਂ ਕੋਈ ਆਪਣਾ ਪ੍ਰੋਫੈਸ਼ਨਲੀ ਕੋਈ ਜਿਹੜਾ ਟਰੈਕ ਹੈ ਰਿਕਾਰਡ ਵੀ ਕਰਵਾਇਆ ਹੈ ਨਹੀਂ ਨਹੀਂ ਹਾਲੇ ਤੱਕ ਤਾਂ ਕੋਈ ਰਿਕਾਰਡ ਨਹੀਂ ਕਰਵਾਇਆ ਪਰ ਮਨ ਬਹੁਤ ਕਰਦਾ ਆ ਕਿ ਕਰਵਾਈਏ ਰਿਕਾਰਡ ਤੇ ਔਰ ਸਿੱਖੀ ਤੇ ਮਤਲਬ ਕਿ ਜਵੇਂ ਨਰਿੰਦਰ ਬੀ ਬਾਜੀ ਨੇ ਗਾਏ ਹੋਇਆ ਬਹੁਤ ਗਾਏ ਗਾਏ ਹੋਇਆ ਗੁਰਦੁਆਰਿਆਂ ਦੇ ਵਿੱਚ ਵੀ ਚੱਲਦੇ ਆ ਔਰ ਧਾਰਮਿਕ ਸਥਾਨਾਂ ਤੇ ਵੀ ਧਾਰਮਿਕ ਸਥਾਨਾਂ ਤੇ ਵੀ ਚੱਲਦੇ ਉਹਨਾਂ ਦੇ ਸਾਂਗਾ ਤੇ ਸਾਡਾ ਵੀ ਅਸੀਂ ਉਹਨ ਸਿੱਖਾਂ ਨੂੰ ਵੀ ਕਹਿੰਨੇ ਆ ਹੋਰ ਦਰਸ਼ਕਾਂ ਦਰਸ਼ਕਾਂ ਨੂੰ ਵੀ ਕਹਿੰਨੇ ਆ ਕਿ ਅਸੀਂ ਵੀ ਸਿੱਖੀ ਗਾਉਣ ਦਾ ਵੀ ਮੋਕਾ ਲੈਣਾ ਰੀਜ ਰੀਜ ਮਨ ਦੇ ਵਿੱਚ ਰੀਜ ਹੈਗੀ ਆ ਤੇ ਜੋ ਕੋਈ ਸਾਨੂੰ ਸਪੋਰਟ ਕਰਨਾ ਚਾਹੁੰਦਾ ਹੈ ਸਿੱਖੀ ਦੇ ਵਿੱਚ ਵੀ ਤੇ ਉਹ ਸਾਨੂੰ ਕਰ ਸਕਦਾ ਹੈ। ਆਵਾਜ਼ੂ ਦਾ ਬੜੀ ਅੱਛੀ ਗੱਲ ਕਹੀ ਹੈ ਬੱਚੀਆਂ ਨੇ ਕਿ ਸਿੱਖੀ ਇਤਿਹਾਸ ਨੂੰ ਨਰਿੰਦਰ ਵੀਬਾ ਦੇ ਆਵਾਜ਼ ਦੇ ਦੁਆਰਾ ਦੁਬਾਰਾ ਫਿਰ ਦੁਹਰਾਉਣਾ ਚਾਹੁੰਦੀਆਂ ਨੇ ਆਪਣੀ ਆਵਾਜ਼ ਦੇ ਵਿੱਚ ਤੇ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਬੜੀਆਂ ਛੋਟੀਆਂ ਬੱਚੀਆਂ ਨੇ ਤੇ ਇੰਨਾ ਡੂੰਗੀ ਸੋਚ ਰੱਖਦੀਆਂ ਨੇ ਸੋ ਜੇ ਕੋਈ ਵਾਕਈ ਕੋਈ ਸਪੋਰਟਰ ਮਿਲਦਾ ਇਹਨਾਂ ਨੂੰ ਹਨਾ ਜੇ ਕੋਈ ਸਾਡੇ ਮਾਧਿਅਮ ਦੇ ਰਾਹੀਂ ਕੋਈ ਇੰਟਰਵਿਊ ਦੇਖ ਰਿਹਾ ਹੈ ਤਾਂ ਉਹ ਇਹਨਾਂ ਬੱਚੀਆਂ ਦੀ ਜਰੂਰ ਸਪੋਰਟ ਕਰਨ ਜਰੂਰ ਸਪੋਰਟ ਕਰੇ ਤੇ ਬੜੀ ਵਧੀਆ ਗੱਲ ਹੈ ਅੱਛਾ ਬੱਚੇ ਤੁਸੀਂ ਜ਼ਿਕਰ ਕੀਤਾ ਕਿ ਸਿੱਖ ਇਤਿਹਾਸ ਨੂੰ ਤੁਸੀਂ ਗਾਉਣਾ ਚਾਹੁੰਦੇ ਹੋ ਹਨ ਤਾਂ ਮੈਂ ਤੁਹਾਨੂੰ ਪੁੱਛਣਾ ਜਾਊਂਗਾ ਕਿ ਜੇ ਤੁਹਾਡੇ ਨਾਲ ਕਿਸੇ ਪੁਰਾਣੇ ਸੰਪਰਕ ਕਰਨਾ ਹੋਵੇ ਹਨ ਕਿਉਂਕਿ ਬਹੁਤ ਸਾਰੇ ਜਿਗਰੇ ਵਾਲੇ ਲੋਕ ਬੈਠੇ ਨੇ ਕੋਈ ਐਨਆਰਆਈ ਭਰਾ ਹੋਗੇ ਜਾਂ ਹੋਰ ਹਨ ਜਿਹੜੇ ਸਿੱਖੀ ਦੇ ਪ੍ਰਤੀ ਦਰਦ ਲੈ ਕੇ ਬੈਠੇ ਨੇ ਉਹ ਚਾਹੁੰਦੇ ਨੇ ਕਿ ਇਤਿਹਾਸ ਨੂੰ ਦੁਬਾਰਾ ਚੰਗੀਆਂ ਆਵਾਜ਼ਾਂ ਦੇ ਦੁਆਰਾ ਸੁਣਿਆ ਜਾਵੇ ਉਹ ਤੁਹਾਡੇ ਨਾਲ ਸੰਪਰਕ ਕਿੱਥੋਂ ਕਰਨ ਜਿਹੜੇ ਵੀ ਸਾਡੀ ਸਪੋਰਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਾਡੇ ਵੱਲੋਂ ਇੱਕੋ ਹੀ ਰਿਕੁਐਸਟ ਹੈ ਜਿਵੇਂ ਕਿ ਐਮਜੀ ਟੈਲੀਕਾਸਟ ਵਾਲੇ ਆ ਜੀ ਅਸੀਂ ਰਿਕੁਐਸਟ ਕਰਦੇ ਆ ਕਿ ਐਮਜੀ ਟੈਲੀਕਾਸਟ ਨਾਲੋਂ ਸੰਪਰਕ ਕਰਨ ਜੀ ਹਾਂਜੀ ਜੀ ਉਹ ਸਾਡੀ ਸਪੋਰਟ ਕਰ ਸਕਦੇ ਆ ਐਮਜੀ ਟੈਲੀਕਾਸਟ ਰਾਈ ਤਾਂ ਬੱਚਿਓ ਮੇਰੇ ਖਿਆਲ ਚ ਆਪਾਂ ਗੱਲਾਂ-ਗੱਲਾਂ ਚ ਕਾਫੀ ਅੰਗਾ ਲੰਘ ਗਏ ਆ ਤੇ ਤੁਹਾਡਾ ਕਿਸੇ ਗੀਤ ਦਾ ਜ਼ਾਇਕਾ ਦੁਬਾਰਾ ਫੇਰ ਲਈਏ ਕੋਈ ਗੀਤ ਜਰੂਰ ਸੁਣਾਓ ਲਾਓ ਤੁਸੀਂ ਮਾਈਕ ਲਾਓ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਆਵਿਆ ਕਰਵਾਏ ਰੇ ਹੋਏ ਆਵਿਆ ਕਰਵਾਏ ਵੇ ਰਾਜਣਾ ਤੂੰ ਕਾਲਾ ਮੈਂ ਗੋਰੀ ਗੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਤੂੰ ਆ ਜਾ ਸੱਜਣਾ ਵੇ ਬਨ ਕੇ ਸਹਰੇ ਲਈਏ ਫੇਰੇ ਤੂੰ ਆ ਜਾ ਸੱਜਣਾ ਵੇ ਬਨ ਕੇ ਸਹਰੇ ਲਈਏ ਫੇਰੇ ਤੂੰ ਆ ਜਾ ਸੱਜਣਾ ਵੇ ਬਨ ਕੇ ਸਹਰੇ ਲਈਏ ਫੇਰੇ ਤੂੰ ਆ ਜਾ ਸੱਜਣਾ ਵੇ ਬਨ ਕੇ ਸਹਰੇ ਲਈਏ ਫੇਰੇ ਦਿਨ ਨਾ ਮੈਂ ਬਿਨ ਤੇਰੇ ਕੱਟ ਜਾਣੇ ਸੋਹਣਿਆ ਦਿਨ ਜ਼ਿੰਦਗੀ ਦੇ ਮੇਰੇ ਉਹ ਬਿਨ ਤੇਰੇ ਕੱਟ ਜਾਣੇ ਸੋਹਣਿਆ ਦਿਨ ਜ਼ਿੰਦਗੀ ਦੇ ਮੇਰੇ ਉਹ ਬਿਨ ਤੇਰੇ ਕੱਟ ਜਾਣੇ ਸੋਹਣਿਆ ਦਿਨ ਜ਼ਿੰਦਗੀ ਦੇ ਮੇਰੇ ਉਹ ਬਿਨ ਤੇਰੇ ਕੱਟ ਜਾਣੇ ਸੋਹਣਿਆ ਦਿਨ ਜ਼ਿੰਦਗੀ ਦੇ ਮੇਰੇ ਮੈਂ ਮੋੜਾ ਖੜੂਗੀ ਹੋਏ ਮੋਰ ਵਜੇ ਕਰਨਾ ਮਾ ਪਿਆਣੇ ਤੋਰੀ ਤੋਰੀ ਵਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਅੱਛਾ ਸਿਮਰਨ ਤੁਸੀਂ ਇਹ ਤਾਂ ਜ਼ਿਕਰ ਕਰਤਾ ਕਿ ਸਿੱਖੀ ਇਤਿਹਾਸ ਨੂੰ ਤੁਸੀਂ ਗਾਉਣਾ ਚਾਹੁੰਦੇ ਹੋ ਤੁਹਾਡੇ ਦਿਲ ਦੀ ਰੀਝ ਆ ਪ੍ਰਿੰਕਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹਨ ਮੈਂ ਚਾਹੁੰਦਾ ਕਿ ਐ ਇਦਾਂ ਨਾ ਹੋਵੇ ਕਿ ਜਿਹੜੇ ਦਰਸ਼ਕ ਆ ਉਹ ਆਪਾਂ ਨੂੰ ਤੋ ਵਾਲੇ ਬੋਤਲ ਲੈਣ ਕਿ ਇਹਨਾਂ ਨੇ ਇਦਾਂ ਦਾ ਕੁਝ ਇੰਟਰਵਿਊ ਦੇ ਵਿੱਚ ਤਾਂ ਸੁਣਾਇਆ ਨਹੀਂ ਮੈਂ ਚਾਹੁੰਗਾ ਕਿ ਜੇ ਤੁਹਾਡੇ ਕੋਲ ਕੁਝ ਯਾਦ ਹੋਵੇ ਤਾਂ 2 17 ਜਾਂਦੇ ਜਾਂਦੇ ਵਾਰ ਇੰਟਰਵਿਊ ਦੇ ਵਿੱਚ ਤੁਸੀਂ ਜਰੂਰ ਸਾਂਝੀਆਂ ਕਰੋ ਕਿਸੇ ਸਿੱਖੀ ਇਤਿਹਾਸ ਦੇ ਨਾਲ ਤਾਲੁਕਤ ਰੱਖਦੀਆਂ ਜਰੂਰ ਜੀ ਜਰੂਰ ਕਰਾਂਗੇ ਹੇ ਕਿਹੜੀ ਗੱਲੋ ਪਿਤਾ ਜੀ ਵਿਚਾਰਾਂ ਵਿੱਚ ਪੈ ਗਏ ਹੈ ਕਿਹੜੀ ਗੱਲੋ ਪਿਤਾ ਜੀ ਵਿਚਾਰਾਂ ਵਿੱਚ ਪੈ ਗਏ ਕੌਣ ਆ ਤੇ ਖਾ ਦੇ ਲਈ ਹਾਇ ਨੇ ਮੈਨੂੰ ਦੱਸੋ ਖਾਂ ਪਿਤਾ ਜੀ ਕੀ ਭੇਗਾਮ ਲੈ ਹਾਇ ਨੇ ਮੈਨੂੰ ਦੱਸੋ ਖਾਂ ਪਿਤਾ ਜੀ ਦਿੱਲੀ ਚ ਔਰੰਗਜ਼ੇਬ ਲੋਂਦਾ ਹੈ ਜਨ ਰੂ ਫੜ ਮੁਸਲਮਾਨ ਨ ਬਣਾਵੇ ਮੈਨੂੰ ਪੰਡਿਤ ਆਖਣ ਧਰਮੀ ਧਰਮ ਬਚਾਵੇ ਮਨੂੰ ਪੰਡਿਤ ਆਖਣ ਗੱਦੀ ਆਪ ਸੰਭਾਲੂੰਗਾ ਮੈਂ ਤੁਸੀਂ ਦਿੱਲੀ ਨੂੰ ਜਾਵਾ ਸਿਰ ਜਾਵੇ ਪਰ ਸਿੱਧਖ ਨਾ ਜਾਵੇ ਡੁੱਬਦਾ ਧਰਮ ਬਚਾਓ ਓ ਸਿਰ ਜਾਵੇ ਪਰ ਸਿੱਧਖ ਨਾ ਜਾਵੇ ਡੁੱਬਦਾ ਧਰਮ ਬਚਾਓ ਹੱਥ ਜੋੜ ਕੇ ਮਿੰਤਾ ਕਰਦੇ ਹੱਥ ਜੋੜ ਕੇ ਮਿੰਤਾ ਕਰਦੇ ਐਡਾ ਡੇ ਕਬਰ ਰੋਏ ਨੇ ਮੈਨੂੰ ਦੱਸੋ ਖਾ ਪਿਤਾ ਜੀ ਪੈਗਮ ਲੈ ਹੈ ਨੇ ਮੈਨੂੰ ਦੱਸੋ ਖਾ ਪਿਤਾ ਜੀ ਬਹੁਤ ਅੱਛੇ ਬਹੁਤ ਖੂਬਸੂਰਤ ਜਿਹੜਾ ਗੀਤ ਹੈ ਤੁਸੀਂ ਇਹਨੂੰ ਦਰਸਾਇਆ ਤੇ ਪ੍ਰਮਾਤਮਾ ਦੇ ਅੱਗੇ ਸਾਡੀ ਪੂਰੀ ਸਮੁੱਚੀ ਟੀਮ ਦੇ ਵੱਲੋਂ ਅਰਦਾਸ ਹੈ ਕਿ ਵਾਕਈ ਤੁਸੀਂ ਸਿੱਖੀ ਇਤਿਹਾਸ ਜੇ ਤੁਹਾਡੀ ਗਾਉਣ ਦੀ ਰੀਝ ਹੈ ਤਾਂ ਜਾਂ ਤੁਹਾਨੂੰ ਕੋਈ ਸਪੋਰਟਰ ਵੀ ਐਸਾ ਮਿਲ ਜੇ ਤੇ ਤੁਹਾਡੀ ਇਹ ਰੀਜ ਵੀ ਪੂਰੀ ਹੋਵੇ ਤੇ ਤੁਸੀਂ ਇਹ ਸੇਵਾ ਵੀ ਕਰਨ ਦੇ ਹੱਕਦਾਰ ਬਣੋ ਹਨ ਸੋ ਇੱਕ ਵਾਰ ਸਾਡੀ ਫੇਰ ਸਿਮਰਨ ਤੇ ਪ੍ਰਿੰਕਾ ਐਮਜੀ ਟੈਲੀਕਾਸਟ ਦੀ ਸਮੁੱਚੀ ਟੀਮ ਦੇ ਵੱਲੋਂ ਅਰਦਾਸ ਹੈ ਕਿ ਜਿਹੜਾ ਤੁਹਾਡਾ ਆਉਣ ਵਾਲਾ ਜਿਹੜਾ ਗਾਇਕੀ ਦਾ ਸਫਰ ਹੈ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਨੂੰ ਪ੍ਰੋਫੈਸ਼ਨਲੀ ਗਾਉਣ ਲੱਗ ਪਿਆ ਤਾਂ ਬਹੁਤ ਹੀ ਵਧੀਆ ਸਫਰ ਹੋਵੇ ਤੁਹਾਡਾ ਤੁਸੀਂ ਇਦਾਂ ਹੀ ਚੰਗੇ ਚੰਗੇ ਗੀਤ ਲੋਕਾਂ ਦੇ ਚੋਲੀ ਚ ਪਾਉਂਦੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹਾਂਜੀ ਸਾਡਾ ਵੀ ਐਮਜੀ ਟੈਲੀਕਾਸਟ ਵੱਲੋਂ ਬਹੁਤ ਐਮਜੀ ਟੈਲੀਕਾਸਟ ਚੈਨਲ ਨੂੰ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਹਾਂਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਛੋਟੀਆਂ ਬੱਚੀਆਂ ਜਿਹੜੀਆਂ ਬੱਚੀਆਂ ਤਾਂ ਇਹਨਾਂ ਦਾ ਨਾਮ ਹੀ ਆ ਵੜ ਜੇ ਗਾਇਕੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਤਹਿਲਕਾ ਮਚਾਉਣ ਦੇ ਲਈ ਤਿਆਰ ਬੈਠੀਆਂ ਨੇ ਵੱਡੇ-ਵੱਡੇ ਨਾਮਵਰ ਸਿੰਗਰਾਂ ਨੂੰ ਝੋਟ ਦਿੰਦੀਆਂ ਨੇ ਸੋ ਸਾਡਾ ਅੱਜ ਦਾ ਪ੍ਰੋਗਰਾਮ ਸਿਮਰਨ ਅਟਵਾਲ ਦੇ ਨਾਲ ਤੇ ਪ੍ਰਿੰਕਾ ਹਟਵਾਲ ਦੇ ਨਾਲ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਕੀਮਤੀ رائے ਜ਼ਰੂਰ ਦਿਓ ਬਾਕੀ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਤਰ੍ਹਾਂ ਇਹ ਬੱਚੀਆਂ ਇਦਾਂ ਚੰਗਾ ਗਾਉਣ ਤਾਂ ਕੋਈ ਵੀ ਕੋਈ ਐਨਆਰਆਈ ਭਰਾ ਜਾਂ ਕੋਈ ਵੀ ਹੈ ਉਹ ਬੈਠਾ ਕਿਤੇ ਸਪੋਰਟ ਕਰ ਸਕਦਾ ਸਾਡੇ ਐਮਜੀ ਟੈਲੀਕਾਸਟ ਸਾਡੇ ਐਮਜੀ ਟੈਲੀਕਾਸਟ ਦੇ ਉੱਪਰ ਦਿੱਤੇ ਨੰਬਰ ਦੇ ਉੱਪਰ ਸਾਨੂੰ ਕੰਟੈਕਟ ਕਰ ਸਕਦਾ ਤੇ ਇਦਾਂ ਦੀਆਂ ਨਵੀਆਂ ਵੀਡੀਓਜ਼ ਤੇ ਨਵਾਂ ਡਾਟਾ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਵੋ ਇੰਨੇ ਦੇ ਨਾਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕੈਮਰਾਮੈਨ ਨਵਦੀਪ ਸਿੰਘ ਬਰਾੜ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਮਨਜਿੰਦਰ ਸਿੰਘ ਕਮਾਨ ਐਮਜੀ ਟੈਲੀਕਾਸਟ ਸ਼ੁਕਰੀਆ